ਸੋ ਫੈਬ ਐਂਡ ਟੇਕ ਨੂੰ ਲੈ ਕੇ ਬਹੁਤ ਸਾਰੇ ਸਵਾਲ ਕਿ ਕੀ ਹਲੇ ਵੀ ਕੁਝ ਚੰਗੀਆਂ ਆਪਸ਼ਨ ਸਾਡੇ ਲਈ ਅਵੇਲੇਬਲ ਨੇ ਜੀਟੀ ਨੂੰ ਲੈ ਕੇ ਜਿਹੜੇ ਤੁਹਾਡੇ ਸਵਾਲ ਨੇ ਹਮੇਸ਼ਾ ਬਣੇ ਰਹਿੰਦੇ ਆ ਉਸ ਦੇ ਉੱਪਰ ਵੀ ਕਲੈਰਿਟੀ ਜ਼ਰੂਰ ਦਵਾਂਗੇ ਗੱਲ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਹੁੰਦੀ ਹੈ ਤਾਂ ਜ਼ਰੂਰ ਇੱਕ ਪਿਕਚਰ ਸਟੂਡੈਂਟ ਦੇ ਮਨ ਵਿੱਚ ਆ ਜਾਂਦੀ ਹੈ ਕਿ ਜੀ ਥੋੜ੍ਹਾ ਸਟ੍ਰਿਕਟ ਹੈ ਪਰ ਅੱਜ ਦੀ ਟਾਈਮ ਦੀ ਗੱਲ ਆਪਾਂ ਕਰੀਏ ਚੰਗੇ ਰਿਜ਼ਲਟ ਆਪਾਂ ਜ਼ਰੂਰ ਦੇਖ ਰਹੇ ਹਾਂ ਵਧੀਆ ਢੰਗ ਨਾਲ ਵੀਜ਼ੇ ਲੱਗਦੇ ਦੇਖ ਰਹੇ ਹਾਂ ਚੰਗੀ ਪ੍ਰੋਫਾਈਲ ਜਿਹੜੇ ਸਟੂਡੈਂਟਸ ਨੇ ਆਪਣੀ ਪ੍ਰੋਫਾਈਲ ਤੇ ਚੰਗੇ ਢੰਗ ਨਾਲ ਕੰਮ ਕੀਤਾ ਹੈ ਅਵੇਅਰ ਰਹੇ ਨੇ ਚੰਗੀਆਂ ਆਪਸ਼ਨਸ ਬਾਰੇ ਸਮਝਦੇ ਰਹੇ ਨੇ ਰਿਸਰਚ ਕਰਦੇ ਰਹੇ ਨੇ ਸਾਡੀ ਵੀਡੀਓਜ਼ ਦੇ ਨਾਲ ਜੁੜਦੇ ਰਹੇ ਨੇ ਉਹਨਾਂ ਨੂੰ ਟਾਈਮਲੀ ਹਰ ਅਪਡੇਟ ਜ਼ਰੂਰ ਮਿਲਿਆ ਸੋ ਅੱਜ ਵੀ ਅਸੀਂ ਕੁਝ ਖਾਸ ਗੱਲਾਂ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਜੇਕਰ ਹਲੇ ਵੀ ਤੁਸੀਂ ਅਪਲਾਈ ਨਹੀਂ ਕੀਤਾ ਤਾਂ ਕਿਵੇਂ ਇਸ ਸਮੇਂ ਦੇ ਵਿੱਚ ਪੂਰੀ ਤਿਆਰੀ ਕਰਕੇ ਤੁਸੀਂ ਫਟਾਫਟ ਅਪਲਾਈ ਕਰੋ ਪੂਰਾ ਪ੍ਰੋਸੈਸ ਕੰਪਲੀਟ ਕਰੋ ਤੇ ਆਪਣਾ ਵੀਜ਼ਾ ਹਾਸਲ ਕਰੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਇਹ ਗੱਲ ਮੈਂ ਹਰ ਵਾਰੀ ਤਾਂ ਕਹਿੰਦੀ ਹਾਂ ਤਾਂ ਕਿ ਸਟੂਡੈਂਟਸ ਚਾਹੇ ਕਿ ਉਹਨਾਂ ਦੇ ਪੇਰੈਂਟਸ ਆ ਉਹਨਾਂ ਦੇ ਜ਼ਿਹਨ ਵਿੱਚ ਇਹ ਗੱਲ ਹੋਵੇ ਕਿ ਇੰਨੇ ਸਾਲਾਂ ਦਾ ਐਕਸਪੀਰੀਅੰਸ ਮਿਹਨਤ ਕੀਤਿਆਂ ਹੀ ਬਣਦਾ ਹੈ ਔਰ ਇਸ ਐਕਸਪੀਰੀਅੰਸ ਦੇ ਵਿੱਚ ਮੈਮ ਨੇ ਬਹੁਤ ਸਾਰਾ ਰਿਸਰਚ ਵਰਕ ਹਰ ਤਰ੍ਹਾਂ ਦੇ ਸਟੂਡੈਂਟ ਲਈ ਹਰ ਤਰ੍ਹਾਂ ਦੀ ਪ੍ਰੋਫਾਈਲ ਲਈ ਕੀਤਾ ਹੈ ਕਿ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਚੰਗੇ ਪ੍ਰੋਗਰਾਮਸ ਸਟੂਡੈਂਟਸ ਨੂੰ ਦੱਸੇ ਜਾ ਸਕਣ ਹਰ ਤਰ੍ਹਾਂ ਦੀ ਪ੍ਰੋਫਾਈਲ ਲਈ ਇੱਕ ਬੈਟਰ ਆਪਸ਼ਨ ਉਹਨਾਂ ਨੂੰ ਦਿੱਤੀ ਜਾ ਸਕੇ ਸੋ ਅੱਜ ਮੈਮ ਜਦੋਂ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਫੈਬ ਐਂਡ ਟੇਕ ਦੇ ਉੱਪਰ ਫੋਕਸ ਕਰਦੇ ਹਾਂ ਤਾਂ ਸਮਾਂ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਹੁਣ ਘੱਟ ਹੀ ਰਹਿ ਗਿਆ ਅਤੇ ਕਿਹੜੇ ਸਟੂਡੈਂਟਸ ਲਈ ਹਲੇ ਵੀ ਚਾਂਸਿਸ ਨਜ਼ਰ ਆ ਰਹੇ ਨੇ ਕਿ ਫੈਬ ਐਂਡ ਟੇਕ ਦਾ ਵਿੱਚ ਚੰਗੀਆਂ ਆਪਸ਼ਨਸ ਦਾ ਫਾਇਦਾ ਲੈ ਸਕਦੇ ਨੇ ਦੇਖੋ ਹਰਜੋਤ ਹੁਣ ਬਿਲਕੁਲ ਆਉਣ ਵਾਲੇ ਟਾਈਮ 'ਚ ਥੋੜ੍ਹੇ ਹੀ ਦਿਨਾਂ ਵਿੱਚ ਡੈਡਲਾਈਨ ਆ ਜਾਣਗੀਆਂ ਯੂਨੀਵਰਸਿਟੀਆਂ ਨੇ ਹੁਣ ਮਤਲਬ ਜਿਹੜੀ ਐਡਮਿਸ਼ਨ ਐਕਸੈਪਟ ਨਹੀਂ ਕਰਨੀ ਹੈ ਕਿਉਂਕਿ ਡੈਡਲਾਈਨ ਆ ਜਾਣੀ ਉਹਨਾਂ ਨੂੰ ਵੀ ਇੱਕ ਪ੍ਰੋਸੈਸਿੰਗ ਦਾ ਟਾਈਮ ਚਾਹੀਦਾ ਉਹਦੇ ਬਾਅਦ ਜਿਹੜੀ ਡਿਸੰਬਰ ਦੀ ਕ੍ਰਿਸਮਿਸ ਔਰ ਨਿਊ ਈਅਰ ਦੀ ਛੁੱਟੀਆਂ ਆ ਜਾਣੀਆਂ ਅਤੇ ਨੈਚੁਰਲ ਹੈ ਕਿ ਜੈਨ ਲਾਸਟ ਜਾਂ ਫੈਬ ਸਟਾਰਟਿੰਗ ਦੇ ਵਿੱਚ ਜਿਹੜੇ ਪ੍ਰੋਗਰਾਮ ਸ਼ੁਰੂ ਹੁੰਦੇ ਅਤੇ ਇੰਨਾ ਕੁ ਟਾਈਮ ਅੰਬੈਸੀ ਨੂੰ ਵੀ 15 ਦਿਨ ਦੇਣੇ ਪੈਂਦੇ ਆ ਸਾਨੂੰ ਔਰ ਹੁਣ ਬਹੁਤ ਘੱਟ ਟਾਈਮ ਰਹਿ ਗਿਆ ਹੈ ਸਟੂਡੈਂਟਸ ਫੈਬ ਇਨਟੇਕ ਵਾਸਤੇ ਜਿਹੜੇ ਸਟੂਡੈਂਟਸ ਅਜੇ ਅਪਲਾਈ ਕਰਨਾ ਚਾਹ ਰਹੇ ਆ ਔਰ ਜਿਨ੍ਹਾਂ ਦੇ ਪ੍ਰੋਫਾਈਲ ਬਹੁਤ ਅੱਛੇ ਸਟੇਟ ਬੋਰਡ ਐਕਸੈਪਟ ਨਹੀਂ ਹੋ ਰਹੇ ਆ ਯੂਨੀਵਰਸਿਟੀਆਂ ਦੇ ਵਿੱਚ ਕਾਲਜਿਸ ਦੇ ਵਿੱਚ ਐਕਸੈਪਟ ਹੋ ਰਹੇ ਆ ਬਟ ਯੂਨੀਵਰਸਿਟੀ 'ਚ ਐਕਸੈਪਟ ਨਹੀਂ ਹੋ ਰਹੇ IELTS 6 ਬੈਂਡ ਈਚ ਪਲੱਸ ਟੂ ਵਾਸਤੇ 1 ਈਅਰ ਤੋਂ ਜ਼ਿਆਦਾ ਗੈਪ ਨਹੀਂ ਔਰ ਮਾਸਟਰਸ ਦੇ ਵਾਸਤੇ 3 to 5 ਈਅਰ ਦਾ ਬਟ ਵਿਦ ਗੈਪ ਜਸਟੀਫਿਕੇਸ਼ਨ ਸੈਲਰੀ ਸਲਿਪਸ ਔਨ ਅਕਾਊਂਟ 'ਚ ਸੈਲਰੀ ਆ ਰਹੀ ਹੋਏ ਇਹ ਸਾਰੀ ਤੁਹਾਡੀ ਰਿਕੁਆਇਰਮੈਂਟ ਹੈ IELTS 6 ਬੈਂਡ ਈਚ ਅੰਡਰ ਗ੍ਰੈਡ ਵਾਸਤੇ ਪੋਸਟ ਗ੍ਰੈਡ ਵਾਸਤੇ 6.5 ਨੋਟ ਲੈਸ ਦੈਨ 6 ਨਰਸਿੰਗ ਵਾਸਤੇ ਟੀਚਿੰਗ ਵਾਸਤੇ 7 ਬੈਂਡ ਈਚ ਚਾਹੀਦੇ ਜੀ ਜੀ ਬਿਲਕੁਲ ਸੋ ਮੈਮ ਅਗਰ ਆਪਾਂ ਐਡਵਾਂਸ ਕੋਰਸਿਸ ਦੀ ਵੀ ਗੱਲ ਕਰਦੇ ਹਾਂ ਸਟੂਡੈਂਟਸ ਅੱਜ ਦੇ ਟਾਈਮ ਵਿੱਚ ਹਰ ਕੋਈ ਚਾਹੁੰਦਾ ਕਿ ਸਾਨੂੰ ਵਧੀਆ ਤੋਂ ਵਧੀਆ ਪ੍ਰੋਗਰਾਮਸ ਜ਼ਰੂਰ ਮਿਲ ਜਾਣ ਤਾਂ ਫੈਬ ਇਨਟੇਕ ਦੇ ਵਿੱਚ ਕੀ ਜਿਵੇਂ ਆਪਾਂ ਦੇਖ ਰਹੇ ਹਾਂ ਸਮਾਂ ਘੱਟ ਹੈ ਕਿ ਇਸ ਦੇ ਨਾਲ ਐਡਵਾਂਸ ਕੋਰਸਿਸ ਨੇ ਜਿਹੜੇ ਉਹਨਾਂ ਦੀ ਵੀ ਜੋ ਹੈ ਸੀਟਸ ਫੁੱਲ ਹੁੰਦੀਆਂ ਦਿਖ ਰਹੀਆਂ ਨੇ ਕਿਉਂਕਿ ਸਟੂਡੈਂਟ ਜਿਹੜੇ ਦੇਰੀ ਕਰ ਰਹੇ ਨੇ ਡਿਸੀਜ਼ਨ ਲੈਣ ਦੇ ਵਿੱਚ ਉਹ ਹਮੇਸ਼ਾ ਚਾਹੁੰਦੇ ਨੇ ਕਿ ਅਸੀਂ ਪਹਿਲਾਂ ਆਪਣੇ ਡਾਕੂਮੈਂਟਸ ਦੀ ਤਿਆਰੀ ਕਰ ਲਈਏ ਜਾਂ ਹੋਰ ਚੀਜ਼ਾਂ ਵਿੱਚ ਉਲਝ ਜਾਂਦੇ ਨੇ ਪਰ ਉਸ ਦੇ ਨਾਲ ਨਾਲ ਆਪਣਾ ਸਮਾਂ ਵੀ ਗਵਾ ਦਿੰਦੇ ਨੇ ਇੱਥੇ ਤੁਸੀਂ ਸਟੂਡੈਂਟਸ ਨੂੰ ਕੀ ਆਪਣਾ ਅਗਰ ਆਪਾਂ ਪ੍ਰੋਸੈਸ ਵਾਈਜ਼ ਗੱਲ ਕਰਦੇ ਹਾਂ ਸਟੈਪ ਬਾਈ ਸਟੈਪ ਗੱਲ ਕਰਦੇ ਹਾਂ ਤਾਂ ਕਿਹੜਾ ਸਟੈਪ ਪਹਿਲਾਂ ਉਹਨਾਂ ਨੂੰ ਟਾਈਮਲੀ ਲੈ ਲੈਣਾ ਚਾਹੀਦਾ ਤਾਂ ਕਿ ਦੇਰੀ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਬੈਸਟ ਚੋਇਸ ਕਰਨ ਵਿੱਚ ਦੇਖੋ ਹਰਜੋ ਮੈਂ ਹਮੇਸ਼ਾ ਇਹ ਗੱਲ ਕਹੂੰਗੀ ਕਿ ਪਹਿਲੇ ਤੁਸੀਂ ਜਿਹੜਾ ਅਪਲਾਈ ਕਰ ਰਹੇ ਹੋ ਆਫਰ ਲੈਟਰ ਰਾਈਟ ਜਦ ਸਟੂਡੈਂਟ ਆਉਂਦਾ ਕਾਉਂਸਲਿੰਗ ਵਾਸਤੇ ਉਹਨੂੰ GT ਦੀ ਰਿਕੁਆਇਰਮੈਂਟ ਅਸੀਂ ਸਾਰੀ ਦੱਸ ਦਿੰਦੇ ਹਾਂ ਕਿ ਕਿੰਨੀ ਕੁ ਇਨਕਮ ਚਾਹੀਦੀ ਹੈ ਉਹਨਾਂ ਦੀ ਕਿਉਂਕਿ 1-to-1 ਮੀਟਿੰਗ ਹੁੰਦੀ ਹੈ ਪੇਰੈਂਟਸ ਜਦ ਨਾਲ ਬੈਠਦੇ ਆ ਜਾਂ ਸਾਡੇ ਨਾਲ ਜ਼ੂਮ ਮੀਟਿੰਗ 'ਤੇ ਬਾਹਰ ਹੈ ਅਤੇ ਸਾਡੇ ਨਾਲ ਜ਼ੂਮ 'ਤੇ ਉਹ ਸਾਰਾ ਸਲਾਹ ਲੈ ਸਕਦੇ ਆ ਉਹਨਾਂ ਦੀ ਇਨਕਮ ਕਿੰਨੀ ਬਣ ਰਹੀ ਹੈ ਔਰ ਜਿਹੜੀ ਹੈ ਯੂਨੀਵਰਸਿਟੀ ਨੂੰ ਕਿੰਨੀ ਚਾਹੀਦੀ ਹੈ ਫੰਡਸ ਕਿੰਨੇ ਚਾਹੀਦੇ ਉਹ ਕੈਲਕੂਲੇਸ਼ਨ ਹੁੰਦੀ ਹੈ 1 ਈਅਰ ਲਿਵਿੰਗ ਐਕਸਪੈਂਸਿਸ 1 ਈਅਰ ਦੇ ਫੀ $2,000 ਲਿਵਿੰਗ ਸੋਰੀ ਏਅਰਫੇਅਰ ਇਹ ਸਾਰਾ ਕੈਲਕੂਲੇਟ ਕਰਕੇ ਡੋਲਰ ਰੇਟ ਦੇ ਨਾਲ ਮਲਟੀਪਲਾਈ ਕਰਕੇ ਜਿਹੜੇ ਆਉਂਦਾ ਟੋਟਲ ਖਰਚਾ ਉਹ ਦੱਸਿਆ ਜਾਂਦਾ ਹੁਣ ਕਈ ਯੂਨੀਵਰਸਿਟੀਆਂ ਕਹਿੰਦੀਆਂ ਕਿ ਤੁਸੀਂ 1 ਈਅਰ ਦੀ ਫੀਸ ਜਮ੍ਹਾਂ ਕਰ ਦਿਓ ਜਿਹੜਾ ਟੋਟਲ ਬਾਕੀ 14-15 ਲੱਖ ਰੁਪਇਆ ਲਿਵਿੰਗ ਔਰ ਏਅਰਫੇਅਰ ਦਾ ਬਚਦਾ ਉਹ ਤੁਸੀਂ 3 ਮੰਥਸ ਓਲਡ ਸ਼ੋ ਕਰ ਦਿਓ ਉਹ ਵੀ ਐਕਸੈਪਟੇਬਲ ਹੈ ਡਿਪੈਂਡ ਕਰਦਾ ਯੂਨੀਵਰਸਿਟੀ 'ਤੇ ਕੁਛ ਯੂਨੀਵਰਸਿਟੀਆਂ ਕਹਿੰਦੀ ਕਿ ਜਿਹੜੀ ਫੀਸ ਜਮ੍ਹਾਂ ਕਰ ਰਹੇ ਹੋ ਤੁਸੀਂ ਉਹਦਾ ਵੀ ਸੋਰਸ ਦੇਣਾ ਬਟ ਕੁਛ ਯੂਨੀਵਰਸਿਟੀਆਂ ਨਹੀਂ ਮੰਗਦੀਆਂ ਬਟ ਮੈਂ ਅਗੇਨ ਬਾਰ ਬਾਰ ਤੁਹਾਨੂੰ ਕਹੂੰਗੀ ਪੰਜਾਬ ਔਰ ਹਰਿਆਣਾ ਦਾ ਜਿਹੜਾ ਯੂਨੀਵਰਸਿਟੀਆਂ 'ਚ ਸਟੇਟ ਬੋਰਡ ਨਹੀਂ ਲੈ ਰਹੇ
ਕਾਲਜਿਸ ਦੇ ਵਿੱਚ ਚੱਲ ਜਾਂਦਾ ਹੈ ਅਤੇ ਪੰਜਾਬ ਔਰ ਹਰਿਆਣਾ ਵਾਲੇ ਜਿਹੜੇ ਆ ਉਹ ICSE CBSE ਵਾਲੇ ਹੀ ਯੂਨੀਵਰਸਿਟੀ ਅੱਛੀ ਯੂਨੀਵਰਸਿਟੀਆਂ ਦੇ ਵੀਜ਼ੇ ਨਿਕਲ ਰਹੇ ਆ, ਵੀਜ਼ੇ 'ਚ ਕੋਈ ਪ੍ਰੋਬਲਮ ਜੀ? ਠੀਕ ਹੈ, ਬਿਲਕੁਲ। ਸੋ ਮੈਮ, ਆਪਾਂ ਜਿਵੇਂ ਗੱਲ ਕਰੀਏ ਥੋੜ੍ਹਾ ਜਿਹਾ ਕਿਸ ਤਰ੍ਹਾਂ ਦੇ ਰਿਜ਼ਲਟਸ ਆ ਰਹੇ ਨੇ ਪਿਛਲੇ ਟਾਈਮ ਤੋਂ ਲੈ ਕੇ ਹੁਣ ਦੇਖੀਏ ਤਾਂ ਥੋੜ੍ਹਾ ਚੰਗੇ ਪੋਜ਼ਿਟਿਵ ਰਿਜ਼ਲਟ ਵੀ ਜ਼ਰੂਰ ਦੇਖੇ ਜਾ ਰਹੇ ਨੇ। ਸੋ ਇੱਥੇ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ, ਇਹ ਪੋਜ਼ਿਟਿਵ ਟ੍ਰੈਂਡ ਲੰਬਾ ਹਲੇ ਚੱਲੇਗਾ ਜਾਂ ਫਿਰ ਕੁਛ ਟਾਈਮ ਦੇ ਲਈ ਵੀਜ਼ਾਜ਼ ਅਸੀਂ ਦੇਖ ਰਹੇ ਹਾਂ ਚੰਗੇ ਲੱਗ ਰਹੇ ਨੇ, ਪੋਜ਼ਿਟਿਵ ਰਿਜ਼ਲਟ ਆ ਰਹੇ ਨੇ? ਜਿਹੜੀ ਮੇਰਾ ਆਪਣਾ ਮੰਨਣਾ ਕਿ ਜੈਨ 'ਚ ਵੀਜ਼ੇ ਲੱਗਣੇ ਹੈ, ਕਿਉਂਕਿ ਨਿਊ ਈਅਰ ਦਾ ਹਮੇਸ਼ਾ ਹੀ ਕੋਟਾ ਹੁੰਦਾ ਹਰ ਅੰਬੈਸੀ ਦਾ ਹੁੰਦਾ, ਉਹਦੇ ਵਿੱਚ ਪੋਜ਼ਿਟਿਵ ਰਿਜ਼ਲਟ ਦੀ ਬੜੀ ਸੰਭਾਵਨਾ। ਔਰ ਮੈਂ ਪਿੱਛੇ ਕਾਫੀ ਸਟੂਡੈਂਟਸ ਨੂੰ ਗਾਈਡ ਕੀਤਾ ਸੀਗਾ ਕਿ ਜਿਹੜੇ ਵੀ ਸਟੂਡੈਂਟ ਜਿਨ੍ਹਾਂ ਦੇ ਪ੍ਰੋਫਾਈਲ ਅੱਛੇ ਆ ਉਹ ਬਿਨਾਂ ਕੋਈ ਵੀ ਸੋਚੇ ਆਪਣਾ ਅਪਲਾਈ ਕਰੋ, ਜਿਨ੍ਹਾਂ ਦੇ ਆਇਲਸ ਅੱਛੇ ਆ ਜਾਂ ਜਿਨ੍ਹਾਂ ਦਾ ਅਕੈਡਮਿਕ ਰੈਕਰਡ ਅੱਛਾ ਹੈ ਉਹ ਸਾਰੇ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਇਹ ਦੇਖੋ, ਹਰ ਜੋ ਜਿਹੜੀ ਮਾਰਕੀਟ 'ਚ ਪ੍ਰੋਬਲਮ ਆਈ ਹੈ ਇਹ ਛਾਟਾ ਛਾਟੀ ਹੋਈ ਹੈ। ਜਿਹੜੇ ਬੱਚੇ ਪੜ੍ਹ ਨਹੀਂ ਰਹੇ ਸੀ, ਹਰ ਕਿਸਮ ਦਾ ਬੱਚਾ ਜਾ ਰਿਹਾ ਸੀ ਔਰ ਪੜ੍ਹਾਈ ਦੀ ਤਰਫ ਧਿਆਨ ਨਹੀਂ ਦੇ ਰਹੇ ਸੀ, ਹੁਣ ਤੁਸੀਂ ਦੇਖਣਾ ਪਲੱਸ ਟੂ ਦੇ ਰਿਜ਼ਲਟ ਅੱਛੇ ਆਉਣਗੇ, ਬੱਚਿਆਂ ਨੂੰ ਪਤਾ ਚੱਲ ਗਿਆ ਕਿ ਬਿਨਾਂ ਪੜ੍ਹੇ ਜਿਹੜਾ ਆਪਣੇ ਡ੍ਰੀਮ ਡੈਸਟੀਨੇਸ਼ਨ ਨਹੀਂ ਮਿਲਦੀ ਹੈ ਔਰ ਜਦ ਤੁਸੀਂ ਪੜ੍ਹੋਗੇ ਤਾਂ ਹੀ ਡ੍ਰੀਮ ਡੈਸਟੀਨੇਸ਼ਨ ਮਿਲਣੇ ਆ। ਅਤੇ ਹੁਣ ਸਾਰੇ ਬੱਚਿਆਂ ਨੂੰ ਇਹ ਪਤਾ ਚੱਲ ਗਿਆ ਕਿਉਂਕਿ ਜਦ ਇਹ ਪ੍ਰੋਬਲਮ ਆਈ ਹੈ ਤਾਂ ਨੈਚੁਰਲ ਮੈਸੇਜ ਸਾਰੀ ਜਗ੍ਹਾ ਗਿਆ ਕਿ ਬੱਚੇ ਦੇ ਸਬਜੈਕਟ ਨਹੀਂ ਅੱਛੇ ਸੀ, ਬੱਚੇ ਦਾ ਪੰਜਾਬ ਬੋਰਡ ਸੀ ਬੱਚੇ ਦੀ ਜਾਂ ਹਰਿਆਣਾ ਬੋਰਡ ਸੀਗਾ ਜਾਂ ਜਿਹੜਾ ਉਹਨਾਂ ਦਾ ਸਬਜੈਕਟ ਅੱਛੇ ਨਹੀਂ ਰਹੇ, ਬੋਰਡ ਅੱਛਾ ਨਹੀਂ ਰਿਹਾ, ਮਤਲਬ ਹਰ ਤਰ੍ਹਾਂ ਜਿਹੜਾ ਸਟੂਡੈਂਟ ਨੂੰ ਹੁਣ ਪ੍ਰੈਸ਼ਰ ਪੈ ਗਿਆ ਐਂਡ ਉਹਨਾਂ ਦੇ ਕੋਲ ਕੋਈ ਸਲਿਊਸ਼ਨ ਨਹੀਂ ਹੈ ਪੜ੍ਹਾਈ ਦੇ ਬਿਨਾਂ। ਬਿਲਕੁਲ ਸਹੀ ਕਿਹਾ ਤੁਸੀਂ ਮੈਮ, ਕਿਉਂਕਿ ਹਰ ਕੰਟਰੀ ਨੇ ਹੁਣ ਇਹ ਜ਼ਰੂਰ ਜਿਤਾ ਦਿੱਤਾ ਹੈ ਕਿ ਜਿਹੜਾ ਜੈਨੂਇਨ ਸਟੂਡੈਂਟ ਹੈ, ਚੰਗਾ ਸਟੂਡੈਂਟ ਹੈ, ਉਸਨੂੰ ਹੀ ਪ੍ਰਾਇਰਟੀ ਦਿੱਤੀ ਜਾਏਗੀ, ਉਹਨਾਂ ਦੇ ਹੀ ਆਪਾਂ ਦੇਖ ਰਹੇ ਹਾਂ ਕਿ ਵੀਜ਼ਾ ਲੱਗੇ ਆ ਰਹੇ ਨੇ। ਸੋ ਜੇਕਰ ਤੁਸੀਂ ਚਾਹੁੰਦੇ ਹੋ ਵਿਦੇਸ਼ ਜਾਣਾ, ਚਾਹੇ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਪਹਿਲਾਂ ਤੋਂ ਹੀ ਆਪਣੇ ਉੱਪਰ ਕੰਮ ਕਰਨਾ ਜ਼ਰੂਰ ਸ਼ੁਰੂ ਕਰੋ, ਚੰਗੇ ਮਾਰਕਸ ਲੈ ਕੇ ਆਓ, ਚੰਗੀ ਪਰਸੈਂਟੇਜ ਲੈ ਕੇ ਆਓ, ਤਾਂ ਕਿ ਚੰਗੇ ਸਬਜੈਕਟਸ ਵੀ ਪਹਿਲਾਂ ਜ਼ਰੂਰ ਲਓ ਪਲੱਸ ਵਨ ਪਲੱਸ ਟੂ ਦੇ ਵਿੱਚ, ਤਾਂ ਕਿ ਤੁਹਾਨੂੰ ਅੱਗੋਂ ਵੀ ਚੰਗੀਆਂ ਆਪਸ਼ਨ ਜ਼ਰੂਰ ਮਿਲ ਸਕਣ। ਸੋ ਫਿਲਹਾਲ ਜਿਵੇਂ ਆਪਾਂ ਫੈਬਿਨਟੇਕ ਦੀ ਗੱਲ ਕਰ ਰਹੇ ਸੀ ਤਾਂ ਸਟੂਡੈਂਟਸ ਦਾ ਕੋਈ ਸਵਾਲ ਹੋਵੇ, ਹਾਲੇ ਤੱਕ ਅਪਲਾਈ ਨਹੀਂ ਕੀਤਾ, ਚੀਜ਼ਾਂ ਸਮਝ ਨਹੀਂ ਆ ਰਹੀਆਂ ਸੀ, ਚੰਗੀਆਂ ਆਪਸ਼ਨਸ ਹਾਲੇ ਤੱਕ ਨਹੀਂ ਪਤਾ ਚੱਲੀਆਂ ਸੀ, ਤਾਂ ਜ਼ਰੂਰ ਇਹ ਨੰਬਰ ਹੈ ਜਿਹੜਾ ਨੈਵੀਗੇਟਰਸ ਓਵਰਸੀਜ਼ ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਇਹ ਸਾਰੀ ਜਾਣਕਾਰੀ ਤੁਸੀਂ ਸਟੂਡੈਂਟਸ ਨਾਲ ਅੱਜ ਸਾਂਝੀ ਕੀਤੀ ਹੈ, ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮੱਚ।